You're listening to CNN Toronto, Chawla News Network Toronto. 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿੱਚ ਸਾਡੇ ਨਾਲ ਇਸ ਵਕਤ ਹਾਜ਼ਰ ਨੇ ਅਕੀਦਾ ਸਾਹਿਬ। ਅਕੀਦਾ ਸਾਹਿਬ ਵੈਲਕਮ, ਸਵਾਗਤ ਹੈ ਜੀ ਇਹਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਜੀ, ਸ਼ੁਕਰੀਆ। ਰਾਜਨੀਤੀ ਦਾ ਪਾਰਾ ਤਾਂ ਬਈ ਬਿਆਨਬਾਜ਼ੀ ਨੇ ਪੂਰਾ ਭਾਂਬੜ ਬਾਲੇ ਹੋਏ ਨੇ ਤੇ ਉੱਤੇ ਕੁਦਰਤ ਤਾਂ ਵੈਸੇ ਆਪਣਾ ਕੰਮ ਕਰਦੀ ਹੈ, ਪਰ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਕੇ ਹੁਣ ਉਹਦਾ ਨਤੀਜਾ ਭੁਗਤ ਰਹੇ ਹਾਂ। ਸਿਖਰਾਂ 'ਤੇ ਹੈ ਗਰਮੀ, ਇਸ ਟੈਂਪਰੇਚਰ ਪਾਰਾ ਬਹੁਤ ਵੱਡਾ ਅੱਗੇ ਵਧਣ ਦੀ ਵੀ ਭਵਿੱਖਬਾਣੀ ਕੀਤੀ ਹੈ। ਕੀ ਕਹਿਣਾ ਚਾਹੋਗੇ? ਬਿਲਕੁਲ ਚਾਵਲਾ ਸਾਹਿਬ, 49 ਡਿਗਰੀ ਤੱਕ ਵੀ ਕਈ ਥਾਵਾਂ 'ਤੇ ਤਾਪਮਾਨ ਮਾਪਿਆ ਗਿਆ ਅਤੇ ਇਹਨਾਂ ਤਾਪਮਾਨ ਹੋਣਾ ਬੜੀ ਵੱਡੀ ਗੱਲ ਆ। ਰਾਜਸਥਾਨ ਦੇ ਵਿੱਚ ਪਿਛਲੇ ਹਫ਼ਤੇ ਦੌਰਾਨ ਤਕਰੀਬਨ ਰਾਤ ਤੱਕ 49 ਮੌਤਾਂ ਹੋ ਚੁੱਕੀਆਂ ਨੇ ਲੂ ਲੱਗਣ ਦੇ ਨਾਲ, ਗਰਮੀ ਦੇ ਨਾਲ। ਇਹ ਮੌਤਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ ਕਿਉਂਕਿ ਅਜੇ ਲੂ ਚੱਲੇਗੀ, ਅਜੇ ਜਿਹੜਾ ਗਰਮੀ ਹੀਟ ਵੇਵ ਅਜੇ ਹੋਣੀ ਆ, ਅੱਗੇ ਵਧਣੀ ਆ ਅਜੇ, ਅਤੇ ਇਹ ਆਪਣਾ ਗਰਮੀ ਦਾ ਮੌਸਮ ਹੈਗਾ। ਅਤੇ ਪਰ ਨਾਲ ਹੀ ਅਯੁੱਧਿਆ ਤੋਂ ਵੀ ਖਬਰ ਆਈ ਹੈ ਚਾਵਲਾ ਸਾਹਿਬ, ਅਯੁੱਧਿਆ ਵਿੱਚ ਤਾਪਮਾਨ ਜਿਹੜਾ ਹੈਗਾ 41 ਡਿਗਰੀ 'ਤੇ ਚੱਲ ਰਿਹਾ, ਅਤੇ ਉੱਥੇ ਜਿਹੜੇ ਪੁਜਾਰੀ ਹੈਗੇ ਨੇ ਸੰਤੋਸ਼ ਤਿਵਾੜੀ, ਉਹਨਾਂ ਅਨੁਸਾਰ ਜੋ ਅਖਬਾਰ ਵਿੱਚ ਛਪੀ ਹੈ ਗੱਲ, ਉਹਨਾਂ ਅਨੁਸਾਰ ਸ਼੍ਰੀ ਰਾਮ ਲੱਲਾ ਦਾ ਦੀ ਜੋ ਤਿਮਾਰਦਾਰੀ ਹੈਗੀ ਆ, ਸੇਵਾ ਹੈਗੀ ਆ, ਉਹ ਗਰਮੀ ਦੇ ਮੌਸਮ ਨੂੰ ਲੈ ਕੇ ਹੀ ਕੀਤੀ ਜਾ ਰਹੀ ਹੈ। ਪਹਿਲਾਂ ਉੱਥੇ ਕੂਲਰ ਲੱਗੇ ਸੀਗੇ, ਹੁਣ ਉੱਥੇ AC ਲਾ ਦਿੱਤੇ ਗਏ ਨੇ ਅੰਦਰ, ਜਿੱਥੇ ਰਾਮ ਲੱਲਾ ਬਿਰਾਜਮਾਨ ਹੈਗੇ ਆ। ਉਹਨਾਂ ਦੇ ਕੱਪੜੇ ਠੰਡੇ ਪਾਏ ਗਏ ਨੇ, ਸੂਤੀ ਕੱਪੜੇ ਪਾਏ ਗਏ ਨੇ ਤਾਂ ਕਿ ਗਰਮੀ ਮਹਿਸੂਸ ਨਾ ਹੋਵੇ, ਅਤੇ ਉਹਨਾਂ ਨੂੰ ਖਾਣ ਪੀਣ ਦਾ ਜੋ ਪਦਾਰਥ ਹੈਗੇ ਨੇ ਉਹ ਵੀ ਠੰਡੇ ਮਿੱਠੇ ਫਲ ਵਗੈਰਾ ਵਗੈਰਾ ਠੰਡੀਆਂ ਜਿਹੜੀਆਂ ਉਹ ਚੀਜ਼ਾਂ ਖਿਲਾਈਆਂ ਜਾ ਰਹੀਆਂ ਨੇ। ਅਤੇ ਇਸ ਤਰੀਕੇ ਨਾਲ ਉਹਨਾਂ ਨੂੰ ਇਹ ਵੀ ਹੈ ਕਿ ਜਿਹੜਾ ਉੱਥੇ ਚੁਗਿਰਦਾ ਹੈਗਾ ਉਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਉੱਥੇ ਠੰਡਾ ਰਹੇ। ਵੈਸੇ ਸਾਡੇ ਹਿੰਦੂ ਧਰਮ ਵਿੱਚ ਰਵਾਇਤ ਮੂਰਤੀ ਪੂਜਾ ਦੀ ਹੈਗੀ ਆ, ਇਸੇ ਕਰਕੇ ਮੂਰਤੀਆਂ ਪੂਜਦੇ ਆ ਲੋਕ, ਅਤੇ ਭਾਵੇਂ ਕਿ ਸਿੱਖ ਧਰਮ ਵਿੱਚ ਰਵਾਇਤ ਨਹੀਂ ਹੈਗੀ ਪਰ ਸਿੱਖ ਧਰਮ ਵਿੱਚ ਵੀ ਲੋਕ ਮੂਰਤੀਆਂ ਪੂਜਦੇ ਆ। ਅਤੇ ਇਸ ਕਰਕੇ ਸਾਡੇ ਸਿੱਖ ਧਰਮ ਵਿੱਚ ਵੀ ਜਿਹੜੇ ਭਾਵੇਂ ਕਿ ਉੱਥੇ ਗੁਰਦੁਆਰਿਆਂ ਵਿੱਚ ਪਾਠੀ ਬੈਠੇ ਹੁੰਦੇ ਆ, ਪਾਠੀ ਸਿੰਘ ਬੈਠੇ ਹੁੰਦੇ ਆ ਗਰਮੀ ਦੇ ਵਿੱਚ, ਉੱਥੇ AC ਦੀ ਲੋੜ ਹੁੰਦੀ ਹੈ ਜਦੋਂ ਪਾਠ ਕਰ ਰਹੇ ਹੁੰਦੇ ਆ, ਬਹੁਤ ਗਰਮੀ ਹੈ। ਅਤੇ ਪਰ ਕਈ ਵਾਰੀ ਸਾਡੇ ਵੀ ਅਸੀਂ ਵੀ ਮਨਮਤ ਕਰ ਲੈਂਦੇ ਹੁੰਦੇ ਆ, ਅਤੇ ਪਰ ਇਹ ਜਿਹੜਾ ਹਿੰਦੂ ਧਰਮ ਦਾ ਰਵਾਇਤ ਹੈਗੀ ਆ ਇਹ ਮੂਰਤੀ ਪੂਜਾ ਦੀ ਹੈਗੀ ਆ, ਇਸ ਕਰਕੇ ਉੱਥੇ ਇਹ ਮੂਰਤੀ ਪੂਜਾ ਕਰਕੇ ਉਹਨਾਂ ਨੂੰ ਅੰਦਰੋਂ ਸੰਤੁਸ਼ਟੀ ਵੀ ਮਿਲਦੀ ਹੈ। ਸੀ ਜਮਾਰ 1320 ਮੀਟਰ ਬੈਂਡ ਰੇਡੀਓ ਪ੍ਰੋਗਰਾਮ ਰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਸੀਂ ਠੰਡੇ ਜਲ ਦੀਆਂ ਜਿਹੜੀਆਂ ਨਿਸ਼ਬੀਲਾਂ ਲਾਉਂਦੇ ਹਾਂ ਉਹ ਇਸ ਕਰਕੇ ਲਾਈਆਂ ਜਾਂਦੀਆਂ ਨੇ ਕਿ ਉਸ ਵਕਤ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਅਤੇ ਪੁੰਜ ਬਾਣੀ ਦੇ ਬਹੁਤ ਉਹਨਾਂ ਨੂੰ ਤੱਤੀ ਤਵੀ ਅਤੇ ਬਿਠਾ ਕੇ ਅੱਜ ਦੀ ਇਸ ਮਹਿਫਲ ਦੇ ਵਿੱਚ ਅਗਲਾ ਕੁਐਸਚਨ ਜਿਹੜਾ ਹੈ ਉਹ ਕਰਾਂਗੇ। ਮੇਰਾ ਸਾਥ ਦੇ ਰਹੇ ਨੇ ਮੈਡਮ ਅੰਜੂ ਜੀ। ਜਿਵੇਂ ਕਿ ਅਸੀਂ ਦੱਸ ਚੁੱਕੇ ਹਾਂ ਕਿ ਅਸੀਂ ਗੋਇੰਦਵਾਲ ਸਾਹਿਬ ਦੀ ਉਸ ਹਲਕੇ ਨੂੰ, ਖੰਡੂਰ ਸਾਹਿਬ ਦੇ ਉਸ ਹਲਕੇ ਨੂੰ ਕਵਰ ਕਰਾਂਗੇ। ਇਨ ਬੀਟਵੀਨ ਅਕੀਦਾ ਸਾਹਿਬ ਦੀ ਗੱਲਬਾਤ ਦੇ ਦਰਮਿਆਨ ਸਾਨੂੰ ਫੋਨ ਆ ਵੀ ਸਕਦਾ ਅਤੇ ਅਸੀਂ ਘੰਟੀ ਖੜਕਾ ਵੀ ਸਕਦੇ ਹਾਂ। ਤੁਹਾਡਾ ਸਵਾਲ ਹੋਵੇ ਕਾਲ ਵੀ ਕਰ ਲਿਓ 905-813-1320। ਹਾਂਜੀ ਅਕੀਦਾ ਜੀ, ਕੇਜਰੀਵਾਲ ਦੀ 7 ਦਿਨਾਂ ਦੀ ਜ਼ਮਾਨਤ ਹੋਰ ਵਧਾਉਣ 'ਤੇ ਸੁਪਰੀਮ ਕੋਰਟ ਵੱਲੋਂ ਤੁਰੰਤ ਸੁਣਵਾਈ ਕਰਨ 'ਤੇ ਇਨਕਾਰ ਕਰ ਦਿੱਤਾ ਗਿਆ, ਤੁਸੀਂ ਕੀ ਕਹਿਣਾ ਚਾਹੋਗੇ? ਅਸਲ 'ਚ ਨਾ ਜੀ, ਇਹ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਅਰਜੀ ਪਾਈ ਸੀ 7 ਦਿਨਾਂ ਦੀ ਜ਼ਮਾਨਤ ਮੈਨੂੰ ਹੋਰ ਦਿੱਤੀ ਜਾਵੇ, ਅੰਤਰਿਮ ਜ਼ਮਾਨਤ ਜਿਹੜੀ ਹੈਗੀ ਆ ਹੋਰ ਦਿੱਤੀ ਜਾਵੇ, ਕਿਉਂਕਿ ਉਹਨਾਂ ਸਰੀਰਕ ਸਿਸਟਮ 'ਤੇ ਕੋਈ ਕਹਿੰਦੇ ਵੀ ਮੈਂ ਔਖਾ ਹੈਗਾ। ਬੇਸ਼ੱਕ ਉਹ ਪ੍ਰਚਾਰ ਕਰ ਰਹੇ ਨੇ ਗਰਮੀ ਦੇ ਵਿੱਚ, ਅਤੇ ਪਰ ਉਹ ਮਾਨਯੋਗ ਅਦਾਲਤ ਨੂੰ ਸ਼ਾਇਦ ਇਸ ਗੱਲ ਦਾ ਇਲਮ ਹੋਵੇ ਜਾਂ ਉਹਨਾਂ ਕੋਲ ਪਹੁੰਚ ਗਈ ਹੋਵੇ ਰਿਪੋਰਟ ਇਹ ਕਿ ਪ੍ਰਚਾਰ ਕਰ ਰਹੇ ਨੇ, ਇਸ ਕਰਕੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਅਰਜ਼ੀ 'ਤੇ ਸੁਣਵਾਈ ਨਹੀਂ ਕਰ ਸਕਦੇ, ਤੁਸੀਂ ਚਾਹੋ ਤਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਕੋਲ ਅਰਜ਼ੀ ਪਾ ਸਕਦੇ ਹੋ।
ਤੇ ਮੇਰੇ ਖਿਆਲ 'ਚ ਹੁਣ ਅਰਜ਼ੀ ਸੁਪਰੀਮ ਕੋਰਟ ਦੇ ਵਿੱਚ ਪਾਉਣਗੇ। ਕੱਲ੍ਹ ਕੇਜਰੀਵਾਲ ਸਾਹਿਬ ਨੇ ਇਹ ਵੀ ਗੱਲ ਆਖੀ ਆ ਕਿ ਮੈਨੂੰ ਮੋਦੀ ਨੇ ਜਿਸ ਤਰੀਕੇ ਨਾਲ ਫਸਾਇਆ ਹੋਇਆ, ਜਿਸ ਤਰੀਕੇ ਨਾਲ ਮੈਨੂੰ ਖਤਮ ਕਰਨਾ ਚਾਹੁੰਦੇ ਆ ਆਮ ਆਦਮੀ ਪਾਰਟੀ ਨੂੰ, ਅਤੇ ਮੈਨੂੰ ਫਿਰ ਹੁਣ ਜੇਲ੍ਹ ਜਾਣਾ ਪੈ ਰਿਹਾ ਜੀ। 9058131320 9051813 1300 ਤੇ ਤੁਸੀਂ ਕੋਈ ਸਵਾਲ ਕਰਨਾ ਹੋਵੇ ਤਾਂ ਦੋਸਤੋ ਕਰ ਸਕਦੇ ਹੋ। ਔਰ ਕਿਵੇਂ ਲਿਆ ਜਾ ਰਿਹਾ ਜੀ ਡੇਰਾ ਸਿਰਸਾ ਦੇ ਮੁਖੀ ਨੂੰ ਜਿਹੜਾ ਹੈ ਇਹਨਾਂ ਚੋਣਾਂ ਦੇ ਦਰਮਿਆਨ? ਪਿਛਲੇ ਜੇ ਖਬਰ ਆਈ ਸੀ ਕਿ ਸਮਝੌਤਾ ਹੋਇਆ ਭਾਜਪਾ ਨਾਲ ਡੇਰੇ ਵਾਲਿਆਂ ਦਾ, ਪ੍ਰਚਾਰਕ ਤੌਰ 'ਤੇ ਵੀ ਵੋਟਾਂ ਪਾਉਣ ਵਾਸਤੇ ਵੀ, ਇੱਧਰੋਂ ਖਬਰ ਆ ਗਈ ਹੈ ਕਿ ਉਹਨੂੰ ਰਾਹਤ ਮਿਲ ਗਈ, ਹਾਈਕੋਰਟ ਨੇ ਬਰੀ ਕਰਤਾ। ਉਹ ਵੀ ਬੜਾ ਵੱਡਾ ਇੱਕ ਰਣਜੀਤ ਕਤਲਕਾਂਡ ਜਿਹੜਾ ਸਭ ਤੋਂ ਵੱਡਾ ਮਸਲਾ ਸੀ, ਕੀ ਕਹਿਣਾ ਚਾਹੋਗੇ? ਵੱਡਾ ਮਸਲਾ ਇਸ ਕਰਕੇ ਚਾਵਲਾ ਸਾਹਿਬ, ਕਿਉਂਕਿ ਸ਼ੁਰੂ ਉੱਥੋਂ ਹੋਈ ਸਾਰੀ ਕਾਰਵਾਈ। 2000 ਮੇਰੇ ਖਿਆਲ 'ਚ 2 ਦੀ ਗੱਲ ਹੈਗੀ ਆ, ਜਦੋਂ ਅਟਲ ਬਿਹਾਰੀ ਵਾਜਪੇਈ ਸੀਗੇ PM, ਅਤੇ ਉਦੋਂ ਇੱਕ ਗੁੰਮਨਾਮ ਚਿੱਠੀ ਪਈ ਸੀਗੀ ਪ੍ਰਧਾਨ ਮੰਤਰੀ ਦੇ ਨਾਂ ਦੇ ਉੱਪਰ। ਉਹ ਗੁੰਮਨਾਮ ਚਿੱਠੀ ਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਲਿਖੀਆਂ ਸੀਗੀਆਂ ਜਿਹੜੀਆਂ ਨਜ਼ਰਅੰਦਾਜ਼ ਨਹੀਂ ਕੀਤੀਆਂ ਜਾ ਸਕਦੀਆਂ ਸੀ, ਅਤੇ ਇਸ ਕਰਕੇ ਉਹ ਗੁੰਮਨਾਮ ਚਿੱਠੀ ਕੁਛ ਅਖਬਾਰਾਂ ਨੇ ਛਾਪੀ ਵੀ, ਅਤੇ ਅਖਬਾਰਾਂ ਦੀਆਂ ਛੋਟੇ ਅਖਬਾਰਾਂ ਛਾਪੀ, ਉਹਨਾਂ ਅਖਬਾਰਾਂ ਦੀਆਂ ਪ੍ਰੈੱਸਾਂ ਵੀ ਭੰਨਤੀਆਂ ਗਈਆਂ ਪ੍ਰੇਮੀਆਂ ਵੱਲੋਂ, ਜਿਹੜੇ ਸਾਥੀ ਵਾਲੇ ਪੈਰੋਕਾਰ ਸੀਗੇ, ਪ੍ਰੈੱਸਾਂ ਭੰਨੀਆਂ, ਕਈਆਂ 'ਤੇ ਅਟੈਕ ਵੀ ਹੋਏ। ਫਿਰ ਉਹ ਚਿੱਠੀ ਦੇ ਉੱਪਰ ਜਿਹੜਾ ਕਿ ਸੰਗਿਆਨ ਲਿਆ ਗਿਆ ਉਹਦੇ ਵਿੱਚ ਮਾਨਯੋਗ ਹਾਈਕੋਰਟ ਪੰਜਾਬ ਅਤੇ ਹਰਿਆਣਾ ਵੱਲੋਂ, ਅਤੇ ਉਹਦੀ ਜਾਂਚ CBI ਨੂੰ ਦੇ ਦਿੱਤੀ ਸੀਗੀ। ਅਤੇ ਜਿਹੜੀ ਚਿੱਠੀ ਦਾ ਦੋਸ਼ ਲਾਇਆ, ਉਹ ਦੋਸ਼ ਲੱਗਿਆ ਸੀਗਾ ਰਣਜੀਤ ਸਿੰਘ, ਜਿਹੜਾ ਖਾਨਪੁਰ ਕੋਹਲੀਆਂ ਦਾ ਬੰਦਾ ਸੀਗਾ, ਉਹ ਡੇਰੇ ਦਾ ਹਰਿਆਣੇ ਦਾ ਇੰਚਾਰਜ ਸੀਗਾ। ਲੋਕ ਉਹਨੂੰ ਲਿਖਦੇ ਆ ਮੈਨੇਜਰ ਡੇ ਦਾ, ਮੈਨੇਜਰ ਨਹੀਂ ਸੀਗਾ ਉਹ, ਅਸਲ ਵਿੱਚ ਮੈਨੇਜਰ ਲਿਖਦੇ ਸਾਰੇ, ਸਾਰਾ ਅਖਬਾਰ ਮੀਡੀਆ ਉਹਨੂੰ ਮੈਨੇਜਰ ਲਿਖਦਾ, ਪਰ ਮੈਨੇਜਰ ਨਹੀਂ ਸੀਗਾ ਉਹ, ਹਰਿਆਣੇ ਦਾ ਇੱਕ ਕਮੇਟੀ ਦਾ ਮੁਖੀ ਸੀਗਾ। ਅਤੇ ਹਾਂ, ਉਹਦੀ ਵੈਲਿਊ ਬਹੁਤ ਜ਼ਿਆਦਾ ਸੀਗੀ ਡੇਰੇ ਵਿੱਚ, ਅਤੇ ਉਹ ਉਸ ਨੂੰ ਉਹ 'ਤੇ ਇਲਜ਼ਾਮ ਲੱਗੇ ਕਿ ਉਸ ਦੀ ਭੈਣ ਵੀ ਸਾਧਵੀ ਸੀਗੀ, ਉਹਦੀ ਉਹ ਸੀਗੀ, ਅਤੇ ਉਹ ਭੈਣ ਜਿਹੜੀ ਸੀਗੀ ਉਸ ਨੇ ਚਿੱਠੀ ਲਿਖੀ ਆ, ਅਤੇ ਉਹਨਾਂ ਨੇ ਬੁਲਾਇਆ ਕਿ ਭਾਈ ਚੱਲ ਜੋ ਹੋ ਗਿਆ ਸੋ ਹੋ ਗਿਆ, ਮਾਫ਼ੀ ਮੰਗ ਲੈ, ਅਤੇ ਕੋਈ ਗੱਲ ਨਹੀਂ, ਅਸੀਂ ਵੀ ਆਪਾਂ ਮਾਫ਼ ਕਰ ਦਾਂਗੇ ਤੁਹਾਨੂੰ। ਉਹ ਕਹਿੰਦਾ ਵੀ ਮੇਰਾ ਬਹੁਤ ਨੁਕਸਾਨ ਕੀਤਾ, ਮੇਰੀ ਭੈਣ ਨਾਲ ਇੱਦਾਂ ਤੁਸੀਂ ਕੀਤਾ, ਮੈਂ ਮਾਫ਼ੀ ਨਹੀਂ ਮੰਗਾਂਗਾ, ਅਤੇ ਉਹ ਬਿਲਕੁਲ ਡੇਰੇ ਟੁੱਟ ਗਿਆ। ਜਿਹੜਾ ਜਿਸਦੇ ਘਰੇ ਕਿ ਗੁਰਮੀਤ ਰਾਮ ਰਹੀਮ ਜਾਇਆ ਵੀ ਕਰਦੇ ਸੀਗੇ, ਉਹਦੇ ਘਰੇ ਜਾਂਦੇ ਸੀਗੇ ਜਦੋਂ ਜਾਣਾਂਗੇ ਦੇ ਹਰਿਆਣੇ 'ਚ, ਤਾਂ ਉਹਦੇ ਘਰੇ ਜਾ ਕੇ ਆਰਾਮ ਵੀ ਕਰਦੇ ਸੀਗੇ ਅਤੇ ਰੋਟੀ ਪਾਣੀ ਵੀ ਖਾ ਕੇ ਆਉਂਦੇ ਸੀਗੇ। ਅਚਾਨਕ ਇੱਕ ਦਿਨ ਉਹ ਖੇਤ ਵਿੱਚ ਗਏ, ਖੇਤ ਵਿੱਚ ਜਾ ਕੇ ਜਦੋਂ ਵਾਪਸ ਆ ਰਹੇ ਸਵੇਰੇ ਸਵੇਰੇ, ਤਾਂ ਇੱਕ ਕਾਰ ਆਉਂਦੀ ਆ, ਅਤੇ ਉਹ ਕਾਰ ਦੇ ਵਿੱਚ ਆ ਕੇ ਉਹਨੂੰ ਗੋਲੀਆਂ ਮਾਰ ਕੇ ਬੰਦੇ ਚਲੇ ਜਾਂਦੇ ਨੇ, ਅਤੇ ਉਸ ਤੋਂ ਬਾਅਦ ਉਹ ਕੇਸ ਦੱਬ ਜਾਂਦਾ, ਕੋਈ ਗੱਲ ਨਹੀਂ ਹੁੰਦੀ, ਪਰ ਉਹ ਕੇਸ ਉਹਦੇ ਬਾਪ ਨੇ ਰਣਜੀਤ ਸਿੰਘ ਨੇ ਚੱਕਿਆ ਵੱਡੇ ਪੱਧਰ 'ਤੇ, ਚੱਕ ਕੇ ਉਹਨੂੰ ਹਾਈਕੋਰਟ ਤੱਕ ਲੈ ਗਏ, ਅਤੇ ਜਿਹੜੀ ਉਹਦੀ ਰਣਜੀਤ ਸਿੰਘ ਦੀ ਭੈਣ ਸੀਗੀ ਉਹ ਵੀ ਗਵਾਹ ਬਣੀ, ਅਤੇ ਕਾਫ਼ੀ ਹੋਰ ਬੰਦੇ ਵੀ, ਜਿਹੜਾ ਖੱਟਾ ਸਿੰਘ ਸੀਗਾ, ਖੱਟਾ ਸਿੰਘ ਗਵਾਹ ਬਣਿਆ, ਅਤੇ ਉਹਨੂੰ ਸਜ਼ਾ ਹੋ ਗਈ। ਮਤਲਬ ਕਿ 22 ਸਾਲ ਪਹਿਲਾਂ ਦਾ ਕੇਸ, 19 ਸਾਲ ਸੁਣਵਾਈ ਹੋਈ ਇਸ ਕੇਸ ਦੀ, ਅਤੇ 3 ਸਾਲ ਸਜ਼ਾ ਨੂੰ ਹੋਏ ਸੀਗੇ, 3 ਸਾਲਾਂ ਤੋਂ ਬਾਅਦ ਹੀ ਹੁਣ ਇਸ ਕੇਸ ਵਿੱਚ ਬਰੀ ਹੋ ਗਿਆ। ਬੇਸ਼ੱਕ ਇਹਨਾਂ CBI ਨੇ ਇਹਨਾਂ ਨੂੰ ਦੋਸ਼ੀ ਠਹਿਰਾਇਆ ਸੀਗਾ, ਅਤੇ ਹਾਈਕੋਰਟ ਨੇ ਬਰੀ ਕਰ ਦਿੱਤਾ। ਬੇਸ਼ੱਕ ਜਿਹੜੀ ਗੱਲ ਹੋਰ ਵੀ ਚਾਵਲਾ ਸਾਹਿਬ, ਕਿ ਜਿਹੜੇ ਕੇਸ ਅੱਗੇ ਸਾਧਵੀਆਂ, 2 ਸਾਧਵੀਆਂ ਦੇ ਯੌਨ ਸ਼ੋਸ਼ਣ ਦੀ ਗੱਲ ਹੈ, ਅਤੇ ਜਿਹੜਾ ਇੱਕ ਪੱਤਰਕਾਰ ਛਤਰਪਤੀ ਸੀਗਾ ਉਹਦੇ ਕਤਲ ਦੀ ਗੱਲ ਆ, ਉਹ ਦੋਵੇਂ ਸਜ਼ਾਵਾਂ ਅਜੇ ਬਰਕਰਾਰ ਨੇ, ਇਸ ਕਰਕੇ ਉਹ ਅੰਦਰ ਹੀ ਰਹਿਣਗੇ ਜੀ। ਦੋਸਤੋ 5-7 ਮਿੰਟ ਹੋਰ ਨੇ, ਜੇਕਰ ਤੁਹਾਡਾ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ, ਕਿਉਂਕਿ ਅਸੀਂ ਖੰਡੂਰ ਸਾਹਿਬ ਹਲਕੇ ਦੀ ਕਵਰੇਜ ਵਾਸਤੇ ਖੰਡੂਰ ਸਾਹਿਬ ਚੱਲਣਾ। ਇੱਕ ਦੋ ਸਵਾਲ ਬੜੇ ਜ਼ਰੂਰੀ ਨੇ, ਉਹ ਕਰਕੇ ਵਾਈਂਡ ਅਪ ਕਰਾਂਗੇ, ਕੀਦਾ ਸਾਹਿਬ ਕੋ ਖਿਮਾ ਦੇ ਜਾਚਨਾ ਲਵਾਂਗੇ, ਕੱਲ੍ਹ ਨੂੰ ਲੰਬਾ ਸਮਾਂ ਗੱਲਬਾਤ ਕਰਾਂਗੇ। ਹਾਂਜੀ
ਜੀ ਅਕੀਦਾ ਜੀ, ਨਰਿੰਦਰ ਮੋਦੀ ਨੇ ANI ਨੂੰ ਕਿਹਾ ਹੈਗਾ ਕਿ ਮੈਨੂੰ ਗੰਦੀ ਨਾਲੀ ਦਾ ਕੀੜਾ ਕਿਹਾ ਗਿਆ, ਮੌਤ ਦਾ ਸੌਦਾਗਰ ਤੱਕ ਕਹਿ ਦਿੱਤਾ ਗਿਆ, ਔਰ ਕਾਫੀ ਬਿਆਨਬਾਜ਼ੀ ਵਿੱਚ ਉਹਨਾਂ ਨੇ ਇਹ ਗੱਲਾਂ ਕੀਆਂ ਨੇ, ਤਾਂ ਹੁਣ ਕਹਿੰਦਾ ਉਹਨਾਂ ਦਾ ਇਹ ਵੀ ਕਹਿੰਦਾ ਹੈਗਾ ਕਿ ਹੁਣ ਜਿਹੜਾ ਪਾਸਾ ਹੈਗਾ ਪਲਟ ਰਿਹਾ, ਤੁਸੀਂ ਕੀ ਕਹਿਣਾ ਚਾਹੋ? ਹਾਂ, ਪਾਸਾ ਪਲਟਦਾ ਨੀ, ਪਾਸਾ ਤਾਂ ਉਹ ਤਾਂ ਕਹਿੰਦੇ ਮੇਰੇ ਪੱਖ 'ਚ ਹੀ ਰਹਿਣਾ, ਪਲਟਣਾ ਪੁੱਟਣਾ ਕੋਈ ਨੀ, ਉਹ ਕਹਿੰਦਾ ਮੇਰੇ ਪੱਖ 'ਚ ਹੀ ਰਹਿਣਾ ਤੇ ਮੈਂ ਪ੍ਰਧਾਨ ਮੰਤਰੀ ਬਣ ਰਿਹਾ। ਤੇ ਉਹਨਾਂ ਨੇ ਕਿਹਾ, ਕਹਿੰਦਾ ਮੈਂ ਹੈਰਾਨ ਹਾਂ ਬਈ ਮੈਨੂੰ ਇਹਨਾਂ ਨੇ ਲਗਾਤਾਰ 25 ਸਾਲ 24 ਸਾਲ ਤੋਂ ਕਦੇ ਗੰਦਗੀ ਦਾ ਕੀੜਾ ਕਿਹਾ ਗਿਆ, ਕਦੇ ਮੈਨੂੰ ਮੌਤ ਦਾ ਸੌਦਾਗਰ ਕਿਹਾ ਗਿਆ, ਮੇਰੇ ਇੰਨੀਆਂ ਗਾਲਾਂ ਦਿੱਤੀਆਂ ਗਈਆਂ ਮੈਨੂੰ ਕਿ ਮੈਂ ਹੁਣ ਗਾਲਾਂ ਪਰੂਫ ਹੋ ਗਿਆ, ਗਾਲ ਪਰੂਫ, ਬਲਕਿ ਮੈਨੂੰ ਕਿਸੇ ਗਾਲ ਦਾ ਅਸਰ ਨਹੀਂ ਹੁੰਦਾ। ਤੇ ਇਸ ਉੱਪਰ ਕਹਿੰਦਾ ਹਾਲਾਤ ਉਹ ਇਹ ਨੇ ਕਿ ਭਾਰਤ ਦੇ ਲੋਕਾਂ ਨੇ, ਹਿੰਦੁਸਤਾਨ ਦੇ ਲੋਕਾਂ ਨੇ ਇਹ ਸਪਸ਼ਟ ਕਰ ਹੀ ਲਿਆ ਕਿ ਵੀ ਨਰਿੰਦਰ ਮੋਦੀ ਨੂੰ ਹੀ ਉਹ ਮੁੜ ਕੇ ਫਿਰ ਲਿਆ ਰਹੇ ਨੇ, ਭਾਜਪਾ ਸਰਕਾਰ ਆ ਰਹੀ ਆ, ਇਹ ਗੱਲ ਕੀਤੀ। ਦੂਜੇ ਪਾਸੇ ਰਾਹੁਲ ਗਾਂਧੀ ਨੇ ਇਹ ਗੱਲ ਕੀਤੀ, ਉਹਨਾਂ ਨੂੰ ਕਿਹਾ ਕਿ ਨਰਿੰਦਰ ਮੋਦੀ ਜੀ ਬਾਇਓਲੋਜੀਕਲ ਨਹੀਂ ਹੈ, ਉਹ ਬਾਇਓਲੋਜੀਕਲ ਨਹੀਂ ਹੈਗੇ, ਉਹ ਕਿਸੇ ਮਾਤਾ ਪਿਤਾ ਦੇ ਪੇਟ ਤੋਂ ਨਹੀਂ ਜਨਮੇ, ਉਹ ਤਾਂ ਉੱਪਰੋਂ ਟਪਕੇ ਹੈਗੇ ਆ, ਉਹ ਗਿਰੇ ਆ, ਉੱਪਰੋਂ ਪਰਮਾਤਮਾ ਨੇ ਭੇਜਿਆ ਉਹਨਾਂ ਨੂੰ, ਤੇ ਪਰਮਾਤਮਾ ਨੇ ਭੇਜਿਆ ਉਹਨਾਂ ਨੂੰ ਇਸ ਕਰਕੇ ਭੇਜਿਆ ਪਰਮਾਤਮਾ ਨੇ ਕਿ ਉਹ ਅਡਾਨੀ ਤੇ ਅਬਾਨੀ ਦੀ ਸੇਵਾ ਵਿੱਚ ਕੰਮ ਕਰ ਸਕਣ, ਅਡਾਨੀ ਦੀ ਅਬਾਨੀ ਦੀ, ਨਾ ਕਿ ਕਿਸੇ ਭਾਰਤ ਦੇ ਆਮ ਲੋਕਾਂ ਦੀ। ਰਾਹੁਲ ਗਾਂਧੀ ਨੇ ਇਹ ਗੱਲ ਕੀਤੀ ਆ ਉਹਦੇ, ਵੈਸੇ ਇਹਦਾ ਇਸ ਗੱਲ ਦਾ ਕਾਫੀ ਵਿਰੋਧ ਤਾਂ ਵੀ ਸ਼ਾਇਦ ਹੋ ਸਕਦੀ ਆ, ਤੇ ਪਰ ਰਾਹੁਲ ਗਾਂਧੀ ਨੇ ਗੱਲ ਆਖੀ ਆ ਜੀ। 9058131300 905 813 1320। ਔਰ ਨਰਿੰਦਰ ਮੋਦੀ ਹੁਣਾਂ ਦਾ ਵੀ ਇੱਕ ਪ੍ਰਵਚਨ ਇਸ ਤਰ੍ਹਾਂ ਦਾ ਕਾਫੀ ਵਾਇਰਲ ਹੋ ਰਿਹਾ। ਦੂਜੇ ਪਾਸੇ ਮਲਕਾ ਅਰਜਨ ਖੜਗੇ ਨੇ ਇੱਕ ਬੜਾ ਤਿੱਖਾ ਸ਼ਬਦ ਵਰਤਿਆ, ਕਿਹਾ ਕਿ ਮੋਦੀ ਦਾ 400 ਪਾਰ ਦਾ ਅੰਕੜਾ ਬਕਵਾਸ। ਅਸੀਂ ਨਹੀਂ ਕਹਿ ਰਹੇ, ਇਹ ਖੜਗੇ ਸਾਹਿਬ ਦੇ ਵਚਨ ਨੇ। 4 ਜੂਨ ਨੂੰ ਇੰਡੀਆ ਗਠਜੋੜ ਆਵੇਗਾ ਅੱਗੇ, ਮੋਦੀ ਸਾਹਿਬ ਕਹਿੰਦੇ ਕਿ ਮੈਂ ਦੁਬਾਰਾ ਆ ਰਿਹਾ। ਭਈ ਫੁੱਲ ਕੌਨਫੀਡੈਂਸ ਆ ਸਾਰੀਆਂ ਪਾਰਟੀਆਂ 'ਚ। ਕਾਲਰ ਨੇ ਮੇਰੇ ਨਾਲ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਆ। ਵੈਲਕਮ ਜੀ। ਚਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਫਰੀਦਕੋਟ ਸੀਟ ਬਾਰੇ ਬਾਈ ਜੀ ਹੁਣੇ ਦੱਸਣਗੇ ਜੀ, ਵੀ ਉੱਥੋਂ ਸਰਬਜੀਤ ਜਾਂ ਦੂਸਰੇ ਗਾਉਣ ਵਜਾਉਣ ਵਾਲਿਆਂ ਦਾ ਕੀ ਮਾਹੌਲ ਹੈ ਜੀ ਉੱਥੇ? ਜੀ ਮਿਹਰਬਾਨੀ। ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਬਸੰਤ ਕੌਰ ਖਾਲਸਾ ਦੇ ਬੇਟੇ ਹੈ, ਬਿਮਲ ਕੌਰ ਖਾਲਸਾ, ਹਾਂ ਬਿਮਲ ਕੌਰ ਖਾਲਸਾ ਦੇ ਬੇਟੇ ਆ, ਬੇਅੰਤ ਸਿੰਘ ਦੇ ਬੇਟੇ ਆ ਉਹ, ਜਿਹੜੇ ਇੰਦਰਾ ਗਾਂਧੀ ਦੇ ਕਤਲ ਵਿੱਚ ਫਾਂਸੀ ਹੋਈ ਸੀਗੀ, ਤੇ ਉਹਨਾਂ ਨੂੰ ਉੱਥੇ ਦਿੱਤੀ ਹੈ ਟਿਕਟ, ਤੇ ਉਹ ਕਾਫੀ ਪ੍ਰਭਾਵ ਦਿਖਾ ਰਹੇ ਨੇ ਉਹ, ਤੇ ਕਾਫੀ ਉਹਨਾਂ ਦਾ ਲੋਕਾਂ ਵਿੱਚ ਕਾਫੀ ਉਹਨਾਂ ਪ੍ਰਭਾਵ ਹੈਗਾ। ਪਰ ਜਿਹੜਾ ਉੱਥੇ ਜਿਹੜੇ ਕਲਾਕਾਰ ਹੈਗੇ ਆ, ਕਰਮਜੀਤ ਅਨਮੋਲ ਜਿਹੜੇ ਹੈਗੇ ਆ, ਉਹਨਾਂ ਦੇ ਪ੍ਰਭਾਵ ਕਾਫੀ ਆਮ ਆਦਮੀ ਪਾਰਟੀ ਦਾ, ਆਪਾਂ ਉਹਨਾਂ ਨੂੰ ਪਿੱਛੇ ਨਹੀਂ ਕਰ ਸਕਦੇ। ਤੇ ਪਰ ਅੱਜ ਅੱਛਾ ਇਹ ਕਰਮਜੀਤ ਅਨਮੋਲ ਭਾਵਾਂ ਕਿ ਬਹੁਤਾ ਕਿਸੇ ਮਸਲੇ ਦੇ ਵਿੱਚ ਕ੍ਰਿਟੀਸਾਈਜ਼ ਤਾਂ ਨਹੀਂ ਹੋਇਆ, ਚੰਗਾ ਰੋਲ ਨਿਭਾਉਂਦਾ ਰਿਹਾ, ਚੰਗੇ ਕੰਮ ਕੀਤੇ ਨੇ ਉਹਨੇ, ਪਰ ਆਮ ਆਦਮੀ ਪਾਰਟੀ ਦੇ ਚੋਣ ਮੈਦਾਨ ਦੇ ਵਿੱਚ ਆਉਣ ਨਾਲ ਉਹਦੇ ਸਾਹਮਣੇ ਇਸ ਵਕਤ ਜਿਹੜਾ ਹੈ ਉਹ, ਜਿਸ ਨੂੰ ਕਹਿੰਦੇ ਸੀ ਕੌਮ ਦੀ ਪੱਗ, ਉਹਨੇ ਸਿਰ 'ਤੇ ਰੱਖ ਦਿੱਤੀ। ਭਾਈ ਬੇਅੰਤ ਸਿੰਘ ਤੁਸੀਂ ਗੱਲ ਕਰਦੇ ਹੋ ਜੀ, ਬਿਮਲ ਕੌਰ ਖਾਲਸਾ ਦੇ ਪੁੱਤਰ ਦੀ ਗੱਲ ਕਰਦੇ ਹੋ, ਅਤੇ ਇਹਦੇ ਵਿੱਚ ਭਾਈ ਮਾਝੀ ਦਾ ਬਿਆਨ ਬੜਾ ਇੱਕ ਹੋਰ ਸੁਣਨ ਪੜ੍ਹਨ ਨੂੰ ਵੇਖਣ ਨੂੰ ਮਿਲਿਆ ਕਿ ਸੁਖਬੀਰ ਬਾਦਲ ਦੀ ਸਮੇਤ ਸੈਣੀ ਨਾਲ ਯਾਰੀ ਨਿਭਾਉਣ ਦਾ ਇੱਕ ਵੱਡਾ ਕਾਰਨ। ਹਾਂ, ਇਹ ਸੁਮੇਧ ਸੈਣੀ ਦੀ ਗੱਲ ਕੀਤੀ ਹੈ ਮਾਝੀ ਨੇ, ਬੜੀ ਵੱਡੀ ਕਥਾਬਾਤ ਕਰਨੀ ਆਪਣੇ ਉਹਨਾਂ ਨੇ ਕੀਤਾ। ਕਹਿੰਦੇ ਜੀ ਪਹਿਲੀ ਗੱਲ ਤਾਂ ਇਹ ਆ ਵੀ ਬਿਮਲ ਕੌਰ ਜਿਹੜੇ ਖਾਲਸਾ ਸੀਗੇ ਉਹਨਾਂ ਦੀ ਮੌਤ ਕਰੰਟ ਨਾਲ ਲੱਗਣ ਕਰਕੇ ਹੋਈ ਦਿਖਾਈ ਗਈ ਆ, ਜਿਹਦਾ ਪੋਸਟਮਾਰਟਮ ਉਹਨਾਂ ਦੇ ਦਿਓਰ ਸੀਗਾ ਮੇਰੇ ਖਿਆਲ 'ਚ, ਉਹਨਾਂ ਨੇ ਪੋਸਟਮਾਰਟਮ ਕਰਾਉਣ ਵਾਸਤੇ ਕਿਹਾ ਸੀਗਾ, ਪਰ ਉਹ ਪੋਸਟਮਾਰਟਮ ਕਰਾਉਣ ਤੋਂ ਕਰਾਇਆ ਨਹੀਂ ਗਿਆ ਸੀਗਾ, ਜਿਸ ਤੋਂ ਇਹ 91 ਦੀ ਗੱਲ ਆ। ਕਹਿੰਦੇ ਇੱਕ ਤਾਂ ਉਹ ਮਾਮਲਾ ਹੈਗਾ, ਅਤੇ ਦੂਜੀ ਗੱਲ ਇਹ ਵੀ ਆ ਕਿ ਇਹਨਾਂ ਦਾ ਇੱਕ ਡਰਾਈਵਰ ਸੀਗਾ, ਇਹਨਾਂ ਬੋਡੀਗਾਰਡ ਸੀਗਾ, ਅਤੇ ਬੋਡੀਗਾਰਡ ਵੀ ਲਾਪਤਾ ਕਰਕੇ ਮਾਰ ਦਿੱਤਾ ਗਿਆ ਸੀਗਾ, ਇਹ ਗੱਲ ਵੀ ਉਹਨੇ ਆਖੀ ਆ। ਕਹਿੰਦੇ ਅੱਜ ਵੀ ਉਹ ਸੁਮੇਧ ਸੈਣੀ ਨੇ ਸਾਰਾ ਕੀਤਾ ਸੀ ਕੰਮ,
ਤੇ ਸੁਮੇਧ ਸੈਣੀ ਨੇ ਡੀਜੀਪੀ ਬਣਾਇਆ ਸੀ ਇਹਨਾਂ ਨੂੰ ਬਾਦਲਾਂ ਨੇ, ਤੇ ਹੁਣ ਉਹ ਸੁਮੇਧ ਸੈਣੀ ਦਾ ਜਿਹੜਾ ਕਿ ਬਦਲਾ ਸੁਮੇਧ ਸੈਣੀ ਦੇ ਹੱਕ ਵੀ ਜਾਂਦਿਆਂ ਸਰਬਜੀਤ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਖੜਾਇਆ, ਇਹ ਉਹਦਾ ਇੱਕ ਤਰ੍ਹਾਂ ਦਾ ਬਦਲਾ ਲੈ ਰਹੇ ਨੇ ਉਹ, ਇਹ ਗੱਲ ਆਖੀ ਹੈ ਮਾਝੀ ਨੇ। ਕਾਲਰ ਨੇ ਮੇਰੇ ਨਾਲ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਹਾਂਜੀ ਚਾਵਲਾ ਜੀ, ਕਿਤੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਕਿਤੇ ਸਾਹਿਬ, ਮੈਂ ਜਲੰਧਰਵਾਲੀ ਸੀਟ ਤੋਂ, ਮੈਂ ਜਲੰਧਰ ਬਲੋਂਗ ਕਰਦਾ ਜੀ, ਜਲੰਧਰਵਾਲੀ ਸੀਟ ਦੀ ਗੱਲ ਕਰਨ ਲੱਗਾ ਜੀ। ਤੇ ਜੇ ਬਲਵਿੰਦਰ ਕੁਮਾਰ ਜੇ ਲੱਖ ਤੋਂ ਉੱਪਰ ਵੋਟ ਲੈ ਕੇ ਤਾਂ ਫਿਰ ਚੰਨੀ ਸਾਹਿਬ ਦਾ ਕਾਫੀ ਨੁਕਸਾਨ ਕਰ ਜਾਣਾ ਨੇ, ਕਿਉਂਕਿ ਚੰਨੀ ਸਾਹਿਬ ਦਾ ਥੱਲੇ ਤੱਕ ਤਾਂ ਉੱਪਰ ਹੀ ਹੈ, ਬਾਕੀ ਤੁਸੀਂ ਦਿਓ ਆਪਣੇ ਪੀਲਿੰਗ। ਤੁਸੀਂ ਮਹਿਸੂਸ ਕਰਦੇ ਹੋ ਕਿ ਲੈ ਜਾਣਗੇ ਲੱਖ ਤੋਂ ਉੱਤੇ ਵੋਟ? ਕਿਉਂਕਿ ਭਾਜੀ ਚਾਵਲਾ ਸਾਹਿਬ ਤੁਸੀਂ ਸਰਵੇ ਕੀਤਾ ਹੋਊਗਾ, ਦੋਸਤਾਂ ਮਿੱਤਰਾਂ ਨੂੰ ਫੋਨ ਕੀਤੇ ਹੋਣਗੇ ਨਾ? ਲੋਕ ਸਿਆਣੇ ਹੋ ਗਏ ਨੇ ਜੀ ਹੁਣ, ਲੋਕੀ ਬਿਲਕੁਲ। ਹਾਂਜੀ ਕਿਦਾ ਸਾਹਿਬ, ਹੈਲੋ, ਕਿਦਾ ਸਾਹਿਬ ਦੀ ਕਾਲ ਡਰੋਪ ਹੋ ਗਈ ਹੈ। ਅਸੀਂ ਖੇਮਾ ਦੇ ਜਾ ਚੱਕਾ, ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਸੀਂ ਇੱਕ ਮਿੰਟ ਦੇ ਵਿੱਚ ਉਹਨਾਂ ਨੂੰ ਦੁਬਾਰਾ ਲਾਈਨ ਲਾ ਕੇ ਅਤੇ ਦੇਖਦੇ ਹਾਂ ਜੀ। ਆ ਗਈ ਜੀ, ਆ ਗਈ ਉਹਨਾਂ ਦੀ ਕਾਲ, ਕਿਦਾ ਸਾਹਿਬ ਦੀ ਕਾਲ ਆ ਗਈ ਹੈ। ਹਾਂਜੀ ਕਿਦਾ ਸਾਹਿਬ, ਕਾਲ ਡਰੋਪ ਹੋ ਗਈ ਸੀ। ਹੈਲੋ ਹੈਲੋ, ਹਾਂਜੀ ਕਿਦਾ ਸਾਹਿਬ? ਹਾਂਜੀ ਸਰ, ਹਾਂਜੀ, ਕਾਲ ਡਰੋਪ ਹੋ ਗਈ ਸੀ ਆਪਣੀ। ਹਾਂਜੀ ਕਾਲ ਡਰੋਪ ਹੋ ਗਈ ਸੀ। ਹਾਂਜੀ ਹਾਂਜੀ ਜੀ, ਤੇ ਹਾਂਜੀ ਹਾਂਜੀ, ਕੀ ਸਵਾਲ ਸੀ ਭਲਾ ਆਪਣਾ ਜੀ? ਜਲੰਧਰ ਵਾਲੀ ਸੀਟ। ਹਾਂ, ਜਲੰਧਰ ਵਾਲੀ ਸੀਟ ਦਾ ਜਿਹੜਾ ਨਾ ਜੀ ਆਪਣਾ ਹਾਲਾਤ ਇਸ ਟਾਈਮ ਦੇ, ਉਹ ਕੱਲ੍ਹ ਮਲਕਾਰਜੀ ਖੜਗੇ ਵੀ ਉੱਥੇ ਬੋਲੇ ਆ, ਅਤੇ ਉੱਥੇ ਕਾਫੀ ਵੱਡੇ ਪੱਧਰ 'ਤੇ ਭਾਜਪਾ ਨੇ ਪੂਰੀ ਤਾਕਤ ਝੋਂਕ ਜਿਹਾ ਦਿੱਤਾ ਪੰਜਾਬ ਦੇ ਵਿੱਚ ਪੂਰੀ ਤਾਕਤ। ਕੱਲ੍ਹ ਸਿਮਰਤੀ ਇਰਾਨੀ ਚੰਡੀਗੜ੍ਹ ਬੋਲੀ ਆ, ਅਤੇ ਕੱਲ੍ਹ ਸਿਮਰਤੀ ਇਰਾਨੀ ਉੱਥੇ ਬਠਿੰਡੇ ਗਈ ਆ, ਬਠਿੰਡੇ ਪਰ ਹੈਲੀਕਾਪਟਰ ਨੇ ਉਤਰਿਆ ਤਾਂ ਪੂਰੀ ਬੀਜੇਪੀ ਨੇ। ਅੱਜ ਵੀ 12 ਥਾਂ ਤੇ ਬੀਜੇਪੀ ਦੇ ਆਗੂ ਲੁਧਿਆਣੇ ਵਿੱਚ ਬੋਲਣਗੇ। ਜਲੰਧਰ ਵਿੱਚ ਵੀ ਇਹੀ ਹਾਲਾਤ ਨੇ, ਜਲੰਧਰ ਵਿੱਚ ਵੀ ਰਾਜਨਾਥ ਸਿੰਘ, ਵੀ ਕੇ ਸਿੰਘ ਵਰਗੇ ਬੰਦੇ ਜਾ ਕੇ ਬੋਲ ਰਹੇ ਨੇ। ਵੀ ਕੇ ਸਿੰਘ ਨੇ ਇਹ ਵੀ ਗੱਲ ਕਹਿਤੀ ਹੈ ਕਿ ਜਿਹੜੀ ਅਗਨੀਵੀਰ ਹੈਗੀ ਆ ਉਹ ਅਸੀਂ ਰਿਵਿਊ ਕਰਾਂਗੇ, ਅਗਨੀਵੀਰ ਨੂੰ ਅਸੀਂ ਰੱਦ ਕਰਾਂਗੇ। ਇਹ ਵੀ ਅੱਜ ਕੱਲ੍ਹ ਗੱਲ ਕਹਿਤੀ ਹੈ, ਅਗਨੀਵੀਰ ਦਾ ਬੜਾ ਰੌਲਾ ਪੈ ਰਿਹਾ। ਦੇਖੋ ਜਲੰਧਰ ਸਿਸਟਮ ਫਸੀ ਹੋਈ ਹੈ ਚਾਵਲਾ ਸਾਹਿਬ, ਪਰ ਕਹਿੰਦੇ ਸਾਰੇ ਪਾਸੇ ਵੀ ਕੋਈ ਸਪਸ਼ਟ ਹੀ ਹੈਗਾ, ਜਲੰਧਰ ਸੀਟ ਸਿਸਟਮ ਫਸੀ ਹੋਈ ਆ, ਕੋਈ ਵੀ ਪਾਰਟੀ ਉੱਥੇ ਜਿੱਤ ਸਕਦੀ ਹੈ ਜੀ। ਬਹੁਤ ਬਹੁਤ ਸ਼ੁਕਰੀਆ ਕਿਦਾ ਸਾਹਿਬ, ਥੈਂਕ ਯੂ ਵੈਰੀ ਮੱਚ, ਸਤਿ ਸ੍ਰੀ ਅਕਾਲ। ਚਲੋ ਲਓ ਦੋਸਤੋ, ਅਸੀਂ ਤੁਹਾਨੂੰ ਲੈ ਚੱਲਾਂਗੇ ਵਤਨ ਪੰਜਾਬ, ਪੰਜਾਬ ਦੇ ਦੂਜੇ ਪਾਸੇ ਪਟਿਆਲੇ ਤੋਂ ਸਿੱਧੇ ਖੰਡੂਰ ਸਾਹਿਬ, ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਗੁਰੂ ਨਾਨਕ ਮਹਾਰਾਜ ਜੀ ਜਦੋਂ ਉਦਾਸੀਆਂ 'ਤੇ ਨਿਕਲੇ ਨੇ ਤਾਂ ਉਸ ਪਿੰਡ ਦੇ ਵਿੱਚ ਪੜਾਓ ਕੀਤਾ, ਗੁਰੂ ਨਾਨਕ ਪੜਾਓ। ਉਸ ਪਿੰਡ ਦਾ ਨਾਮ ਹੈ ਫਤਿਹਾਬਾਦ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਇਸ ਪਿੰਡ ਨੂੰ ਫਤਿਹ ਕਰਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਖਾਲਸਾ ਰਾਜ ਦੀ ਨੀਂਹ ਰੱਖੀ, ਰਾਜਧਾਨੀ ਬਣਾਇਆ ਅਤੇ ਸ੍ਰੀ ਤਰਨ ਤਾਰਨ ਸਾਹਿਬ ਦੀ ਇੱਥੇ ਰਜਿਸਟਰੀ ਹੁੰਦੀ ਹੈ। ਇਹ ਇਤਿਹਾਸਕ ਨਗਰ ਹੈ ਅਤੇ ਚਰਨ ਛੋਹ ਪ੍ਰਾਪਤ ਹੈ ਜੀ ਗੁਰੂ ਨਾਨਕ ਮਹਾਰਾਜ ਅਤੇ ਵੱਖ ਵੱਖ ਗੁਰੂ ਸਾਹਿਬਾਨਾਂ ਦੀ। ਉਸ ਹਲਕੇ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ, ਜੋ ਉਹਨਾਂ ਦੇ ਚੱਲਦੀ ਵਿਹੀਰ ਖਾਲਸਾ ਸ਼ੁਰੂ ਕੀਤਾ ਸੀ, ਉਸ ਵਿਹੀਰ ਖਾਲਸਾ ਨੂੰ ਕਿੰਨਾ ਕਬੂਰ ਲੱਗਾ, ਭਾਵਾਂ ਕਿ ਭਾਈ ਸਾਹਿਬ ਤਾਂ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਨੇ, ਪਰੰਤੂ ਉਹਨਾਂ ਦੇ ਪਰਿਵਾਰ, ਉਹਨਾਂ ਦੇ ਦੋਸਤ ਮਿੱਤਰ ਉਹਨਾਂ ਦਾ ਰੋਲ ਅਦਾ ਕਰ ਰਹੇ ਨੇ। ਕੀ ਹੈ ਹਲਕੇ ਦੀ ਸਿਚੁਏਸ਼ਨ, ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਛੋਟੀ ਜੀ ਬ੍ਰੇਕ ਤੋਂ ਬਾਅਦ ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਯੂ ਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।